Assalamualaikum, मैं कहने जी सारे पहन पड़ा ठीक हो सो आज ना जरा सा ना व्लॉग है जी तो सां की साल सां रूटीन है जरी रमजान भी जो किया जी जाई भी है तो वैसे नॉर्मली जरा सा जरा राइडिंग वैसे तो रोज जाने हैं इस टाइम ही 2 बजे उठे हैं और टाइम ही इतने 3 बजे ले जा सां जरा ना राइडिंग वैसे इस टाइम राइडिंग ले जाने 5:30 5:30 6 बजे मुड़ी छड़े आई का रोजा खोलिया पेट्रोल स्टेशन पड़ी तुम्हें पता हर साल इतने ही पूरा साल अफतारी कराने वो एक टोपी ना ला गई अल्लाह खुश है हूं ये असल ना जी शैतान ढकन हो कोई ने ढकन हो ठीक है आओ बाकी आ शैतान भी तुसा की सारे साल नहीं आ सारे शैतान थल्ला लपसन जी असा की तौबा 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 अस्तगफिरुल्लाह रोजा बड़ा डाटा लगे है जी आज थोड़ी गर्मी है मेक श्योर करें मेरी स्नैपचैट पर ऐड करें माय यूट्यूब चैनल सब्सक्राइब करें माय स्नैपचैट है UMA1023 वीडियो भी लाइक करें कमेंट करें आता जी पेट्रोल स्टेशन बना सर जी सुनाओ कैसे जा रहे रोजे अल्हम्दुलिल्लाह जी अल्लाह ना शुक्र है हाँ जी हाँ जी सुबह ही सैरी कराई है जी ਦਾਦੀ ਡੈਡੀ ਕੀ ਕੈਮਰੇ ਖੋਲੀ ਕਿਆ ਸਾਲੇ ਕਹਿ ਕਰਨੇ ਤੇ ਦਫਤਰ ਹੀ ਮਸੇ ਲਗੇ ਰੇ ਪੂਰਾ ਤੰਗ ਆ ਰਿਹਾ ਮੈਂ ਇਸ ਨੂੰ ਪੰਪੂ ਤੇ ਪੰਪਾ ਤੋਂ ਬਾਹਰ ਤੇ ਇਸ ਦੀ ਛੋੜ ਸੇ ਨਹੀਂ ਗੁਜ਼ਾਰਾ ਹੈ ਅਦਾ ਜੀ ਨਿਕਲੇ ਆਏ ਆ ਫਿਰੇ ਆਣੇ ਜੀ ਅਸਾਂ ਵੀ ਜਾ ਸਾਂ ਮੈਂ ਆ ਜਿਓ ਜੀ ਇਹ ਕਿਹੜੀ ਗੱਲ ਆ ਇਹ ਆਣੇ ਤੇ ਕੌਣ ਨਾਲ ਦੱਸੋ ਅਸਾਂ ਆ ਕੌਣ ਨਾਲ ਉਸੇ ਚੱਲੀ ਆ ਜਾ ਕਰੋ ਜੀ ਅਸਲਾਮ ਅਲੈਕਮ ਸਰ ਕੀ ਹਾਲ ਹੈ ਸੁਣਾਓ ਜੀ ਸੇ ਜੇ ਬਿੱਟਾ ਚਾਚੂ ਕੀ ਹਾਲ ਹੈ ਸੁਣਾਓ ਔਰ ਐ ਤੱਕ ਜੀ ਅਸਾਂ ਚੈੱਕ ਕਰੀ ਸਕਦੇ ਹਾਂ ਇੱਧਰੋਂ ਤੁਸਾਂ ਕਿ ਕੋਈ ਵੀ ਛੋਟੀ ਜਾਂ ਬੜੀ ਵੈਪਨ ਲਾਇਸੈਂਸ ਠੀਕ ਹੈ ਕੋਈ ਚੀਜ਼ ਵੀ ਚਾਹੀਦੀ ਹੋਵੇ ਨਾ ਅਸਲੀ ਮਾਲ ਰੱਖਣਾ ਪਿੱਛਾ ਰੱਖਿਆ ਹੋਣਾ ਇਹਨੇ ਛੁਪਾਏ ਇਹਨੇ ਤੁਸਾਂ ਕਿ ਕੋਈ ਵੀ ਗਨ ਚਾਹੀਦੀ ਹੈ ਪਿਸਟਲ ਚਾਹੀਦੀ ਹੈ ਕੋਈ ਚੀਜ਼ ਵੀ ਚਾਹੀਦੀ ਹੈ ਤੁਸਾਂ ਇਹਨਾਂ ਨਾਲ ਕੰਟੈਕਟ ਕਰੀ ਸਕਦੇ ਹੋ ਸਾਰਾ ਆਪਣਾ ਨੰਬਰ ਬੋਲੀ ਛੋੜੋ ਨਾ 0343883869 ਫਿਰ ਇੱਕ ਵਾਰੀ ਬੋਲੀ ਗੂਗਲ ਪਰ ਵੀ ਬੋਲ चलिए कुत्ते को ਐ ਤੱਕ ਜੀ ਮਾਸ਼ਾਅੱਲਾ ਘੋੜੇ ਦੋਏ ਰੈਡੀ ਹਨ ਇੱਕੇ ਖਰਸਾਂ ਔਰ ਤੁਸੀਂ ਕੁੱਤੇ ਸਾਲਨੇ ਆ ਜੀ ਐ ਤੱਕ ਜੀ ਮੱਝਾਂ ਐ ਤੱਕ ਜੀ ਮਾੜਾ ਕੁੱਤਾ ਚੈੱਕ ਗੁੱਡ ਬੋਏ ਜੱਫੀਆਂ ਪਾਉਣਾ ਜੱਫੀਆਂ ਇਸੇ ਵਾਪਸੀ ਪਰ ਫਿਰ ਸਾਂ ਆਈ ਗਿਆ ਤਾਂ ਆਹ ਕੁੱਤੀ ਰੱਖੀ ਵੀ ਹੈ ਜੀ ਇਸ ਕੁੱਤੇ ਕੋਲ ਬੱਚੇ ਚਲਵਾਉਣੇ ਵਸਿਆ ਬਾਅਦ ਬਰੀਡ ਕਿੰਨੇ ਵਸਿਆ ਜੇ ਰਹਿਣਾ ਤਾਂ ਬਸ ਇਨਸ਼ਾਅੱਲਾ ਜਲ ਡੇਰੇ ਨਹੀਂ ਸੈਟਿੰਗ ਕੰਪਲੀਟ ਹੋਈ ਜਾਸੀ ਕੋਈ ਟਾਈਮ ਹੀ ਨਹੀਂ ਲੱਗਣਾ ਜੀ ਪ੍ਰੋਪਰ ਕਸਮੇ ਤਾਂ ਵਸਿਆ ਬਸ ਰੱਖ ਹਾਂ ਦਵਾਈ
ਓ ਮੇਰੇ ਚਾਚੂ ਜਾਨ, ਚਾਚੂ ਕੀ ਹਾਲ ਆ? ਫਿੱਟ ਹੋ? ਕੁਦਰ ਫੇਰੇ ਹੋ ਜੀ ਗਰਮੀ ਚ? ਐ ਤੁਹਾਡੇ ਪਾਸੇ ਹੀ ਆ। ਆਓ ਚਲੀਏ ਥੱਲੇ, ਜਲਸੋ ਜਲਸੋ ਥੱਲੇ। ਮੈਂ ਇਸ਼ਨਾ ਥੋੜੀ ਦੇਰ ਤੱਕ ਬਸ ਠੀਕ ਆ। ਕਿੰਨੀਆਂ ਮੈਂ ਇਸ਼ਨਾ ਥੋੜੀ ਠੀਕ ਹੋ ਗਿਆ। ਹੋਰ ਹਾਂਜੀ ਸਾਹ ਜੀ, ਕੀ ਹਾਲ ਹੈ? ਸੁਣਾਓ ਫਿੱਟ ਫਾਟ। ਮਾਸ਼ਾਅੱਲਾ ਜੀ, ਕੀ ਬਾਤ ਆ ਵਿਛੇੜੇ ਦੀ। ਫਿੱਟ ਫਾਟ ਜੀ, ਤੁਸੀਂ ਸੁਣਾਓ ਫਿੱਟ। ਮੈਂ ਇੰਨਾ ਵਲੌਗ ਸ਼ਾਕ ਬਣਾਈਏ, ਆਵਾਮ ਨੂੰ ਦੱਸੀਏ ਕੀ ਕਰਿੰਦੇ ਹਾਂ ਅਸੀਂ ਥੱਲੇ। ਠੀਕ ਗੱਲ ਆ। ਹਾਂ ਦਵਾਈ, ਤੂੰ ਤਾਂ ਟ੍ਰੇਨ ਹੋ ਗਿਆ ਪੂਰਾ ਰਾਈਡਰ ਬਣ ਗਏ। ਹੁਣ ਤਾਂ ਮੈਂ ਮੇਲਾ ਵੀ ਦੌੜਨਾ ਭਾਈ, ਹੁਣ ਤਾਂ ਮੇਲਾ ਵੀ ਦੌੜਨਾ ਦਵਾਈ ਹੋਏ। ਵਾਹਿਗੁਰੂ ਸਾਹਿਬ ਜੀ, ਸਾਨੇ ਪੂਰੇ ਹੋ ਗਏ, ਇਨਸੈਕਸ਼ਨ ਸਾਡੀ ਪੂਰੀ ਹੋ ਗਈ ਹੈ। ਮੁਬਾਰਕ ਆ ਮੇਰੀ ਤਰਫੋਂ ਵੀ ਸਭ ਬੰਦਿਆਂ ਕੀ ਜੀ, ਰਮਜ਼ਾਨ ਮੁਬਾਰਕ। ਐਦਕ ਜੀ ਫਿਰ ਇਹਦਾ ਰੋਲਾ ਪਿਆ ਹੈ, ਕੌਣ ਹੈ ਜੀ ਤੁਸੀਂ ਲੇਟ ਕਰਨੇ ਹੋ? ਦੋਵਾਂ ਨੇ ਜੀ ਤੁਸੀਂ ਲੇਟ ਕਰਨੇ ਹੋ। ਮੈਂ ਜੀ ਅਸਾਂ ਟਾਈਮ ਪਰ ਪੁੱਜੇ ਹਾਂ। ਕਿਉਂ ਇਹ ਦਾਵੀ ਸਾਹਿਬ? ਅਸਾਂ ਟਾਈਮ ਪਰ ਪੁੱਜੇ ਹਾਂ। ਕਿਉਂ ਇਹ ਮੁਨੀ ਸਾਹਿਬ? ਇਹ ਲੇਟ ਕਰਾਉਣੇ ਜੀ, ਇਹ ਤੱਕ ਲੈਵੋ, ਇਹ ਲੇਟ ਕਰਾਉਣੇ ਨੇ ਜੀ। ਇਹ ਜਣਾ ਲੇਟ ਕਰਾਉਣਾ ਜੀ। ਦੇਖੋ ਘੋੜੇ ਨੀ ਤਿਆਰ ਹੋਣੇ ਸਾਹਮਣੇ ਆਦਾ। ਮਾਸ਼ਾਅੱਲਾ ਬਹੁਤ ਹੀ ਸੋਹਣਾ ਵਿਊ ਹੈ। ਕਣਕਾਂ ਸ਼ਿਨਕਾਂ ਲੋਕਾਂ ਆਉਣਾ ਹੀ ਹਨ, ਅਸਾਂ ਖਰਾਬ ਕਰਨੇ। ਠੀਕ ਹੈ, ਤੁਸੀਂ ਰਾਈ ਜਾਓ, ਅਸਾਂ ਖਰਾਬ ਕਰਨੇ ਜਾਸਾਂ। ਆਓ ਮੰਜੀ ਵੇਖੋ, ਮੰਜੀਆਂ ਮੱਝਾਂ। ਮੈਂ ਵੀ ਮੱਝ ਰੱਖੀ ਵੀ ਹੈ ਜੀ। ਅਬਦੁੱਲਾ ਮੇਰੇ ਘਰੋਂ ਲਾਇਆ ਸੀ ਚੱਲ। ਮਲੰਗ ਜਾਨ ਨੀ ਹੈ, ਮੋਹਿਤ ਹੈ ਨਾ ਜੀ, ਜਿਹੜਾ ਮਰਜ਼ੀ ਬੱਚਾ ਚੜ੍ਹਾ ਮਲੰਗ ਜਾਨ ਆਈ ਤਾਂ ਮਜ਼ਾ ਜੀ।
ਮਲੰਗ ਜਾਨ ਸ਼ੌਕ ਵਧਾ ਗਿਆ ਜੀ ਮੇਰਾ ਕਸਮੇ ਆਹ ਦੱਸ ਜੀ ਹੁਣ ਵਾੜ ਆਈ ਗਈ ਦਲਾਣੇ ਨੀ ਪਰਸੀਨਾ ਪਾਈ ਜੀ ਇਤਨਾ ਆਇਆ ਵਾ ਆਹ ਦੱਸ ਜੀ ਪਹਿਲੇ ਦਲਾਣ ਲਗਾ ਕੋਕਾ ਤਾਂ ਰਮਾਨ ਭਾਜੀ ਤੱਕੋ ਜਾਤੀ ਹੋਈ ਆ ਮਾਏ ਜਿਲਾ ਕੋਲ ਆਇਆ ਸਾਂਗ ਕਿਲਾ ਉਲਾ ਦਿਸਿਆ ਮੈਂ ਸਾਂਗ ਲੇਟ ਕੱਢੀ ਆ ਦੁਆ ਮਾਰੀ ਗਿਆ ਵੈਸਾ ਨਾ ਤਰਗੂੜ ਹੁਣ ਕੰਮ ਹੋ ਗਿਆ ਖਰਾਬ ਹੁਣ ਅਗਲੀ ਵਾਰੀ ਤੱਕਣੀਆਂ ਮਾਰਨੀ ਪੈਸੀ ਹੈਲੋ ਬਾਬਾ ਬਾਬਾ ਹੁਣ ਜਾ ਰਹੇ ਜੀ ਬਾਬਰ ਬਾਈ ਜਾ ਰਹੇ ਹੈ ਮੁਸ਼ਕੇ ਪੇ ਤੱਕੋ ਜੀ ਰਮਜ਼ਾਨ ਹੈ ਰੋਜ਼ੇ ਨੇ ਇਤਨਾ ਤੰਗ ਕੀਆ ਵੈ ਸੱਚੀ ਮੈਂ ਮਾਂ ਪੇਟ ਤੋਂ ਘੁਮਾਇਆ ਅੰਦਰ ਬੜੇ ਆਵੇ ਤੇ ਅਭੀ ਪਤਾ ਨਹੀਂ ਘੰਟਾ ਡੇਢ ਆ ਗਿਆ ਰੋਜ਼ਾ ਖੁੱਲ੍ਹਣ ਕੋ ਵੀ ਔਰ ਮਾਮਲਾਤ ਬਹੁਤ ਗੜਬੜ ਹੋ ਗਿਆ ਠੀਕ ਹੈ ਹਾਂਜੀ ਕੁਦਰ ਵਾਪਸੀ ਇਫਤਾਰ ਹੀ ਕਰਨੀ ਹੈ ਇੱਥੇ ਜੀ ਕਿਆ ਕਰਨੀ ਹੁਣ ਐਡਾ ਸਮਾਨ ਮੰਗਾਇਆ ਕਿਆ ਸਸਤਾ ਮੰਗਾਇਆ ਵਾ ਸਮਾਨ ਲੈਣ ਗਏ ਵੇ ਮੁੜੇ ਆ ਦਾ ਇਹ ਜੀ ਕੋਕਾ ਓ ਜੀ ਓਏ ਬਾਬਰ ਭਾਈ ਜੀ ਦਾਵੀ ਹੋਈ ਗਿਆ ਕੋਕਾ ਹੋਈ ਗਿਆ ਮਲਕ ਹੋਈ ਗਿਆ ਮਲਕ ਅਮਜ਼ਾ ਸਾਹਿਬ ਅਬਦੁਲ ਰਹਿਮਾਨ ਬਾਕੀ ਇਹ ਸ਼ੁਗਲ ਮੇਲਾ ਜਿਹੜਾ ਅਸਾਂ ਰੋਜ਼ ਹੀ ਲਾਉਣੇ ਆ ਜੀ ਰੋਜ਼ ਇੱਧਰ ਅੱਛਣੇ ਆ ਤਾਂ ਸੈਮ ਹੀ ਰੋਟੀਨ ਹੋਣੀ ਆ ਬਸ ਇਹ ਅੱਗੇ ਅੱਜ ਗ੍ਰਿਫਤਾਰੀ ਕਰਨੇ ਆ ਤਾਂ ਬਾਕੀ ਜਿਹੜਾ ਬੰਦਾ ਸ਼ੁਗਲ ਮੇਲਾ ਤੱਕਣਾ ਚਾਹਣਾ ਵਾ ਉਹ ਇੱਧਰ ਬੋਰਡ ਕਲੋਨੀ ਅੜਾਈ ਜੋ ਅਸਾਂ ਇੱਥੇ ਸ਼ੁਗਲ ਮੇਲਾ ਲਾਉਣੇ ਆ ਗਰਾਊਂਡ ਬਣਾਇਆ ਵਾ ਤਾਂ ਇਨਸ਼ਾਅੱਲਾ ਤਾਲਾ 13 ਤਾਰੀਖ ਈਦ ਨੇ ਤਰੀਏ ਦਿਹਾੜਾ ਇੱਧਰ ਇੱਕ ਮੇਲਾ ਅਰੇਂਜ ਕੀਤਾ ਗਿਆ ਵਾ ਮਿਰਪੁਰ ਹਿਸਟਰੀ ਵਿੱਚ ਇਹ ਪਹਿਲੀ ਵਾਰੀ ਹੋ ਰਿਹਾ ਵਾ ਤਾਂ ਅਸਾਂ ਨੇ ਇਹ ਕੋਸ਼ਿਸ਼ ਹੈ ਜੀ ਜਿਤਨੇ ਯੰਗਸਟਰ ਨੂੰ ਨਾ ਕਿ ਇਸ ਫੀਲਡ ਵਾਲੇ ਪਾਸੇ ਲਾਇਆ ਜਾਏ ਤਾਂ ਤੁਸੀਂ ਇੱਧਰ ਅੱਛੋ ਇਸ ਸ਼ੌਕ ਵਾਲੇ ਪਾਸੇ ਅੱਛੋ ਬਹੁਤ ਹੀ ਅੱਛਾ ਸ਼ੌਕ ਹੈ ਜਿਹੜਿਆਂ ਵਾਲਾ ਸ਼ੌਕ ਹੈ ਕਿਉਂ ਇਸ ਸਾਰੀ ਬੋਲੋ ਤੁਸੀਂ ਅੱਛੋ ਬੈਠੇ ਹੋ ਨਵਾਬੀ ਸ਼ੌਕ ਹੈ ਮੇਰੇ ਪਨੀ ਸੀ ਮੈਂ ਪਹਿਲੀ ਵਾਰ ਹੋਇਆ ਡਰੋਨ ਉੱਪਰ ਬਈ ਕੇ ਕਿਲੇ ਪਰਸਨ ਤਾਂ ਬਾਕੀ ਜੀ ਮੇਕ ਸ਼ੋਰ ਕਰੇ ਮੇਰੀ ਸਨੈਪਚੈਟ ਪਰ ਐਡ ਕਰੇ ਮੈਂ ਸਨੈਪਚੈਟ ਹੈ UMAR761123 ਤਾਂ ਬਾਕੀ ਜਿਹੜਾ ਨਾ ਐ ਦੱਸ ਜੀ ਮੂਸਾ ਕੀ ਹਾਲ ਹੈ ਕੀ ਕਰ ਰਹੇ ਹੋ ਨਫਤਾਰੀ ਵਾਲੇ ਜਣੇ ਸਮਾਨ ਕਿੰਨੀ ਕਿਆ ਸ਼ੁਕਰ ਹੈ ਜੀ ਉਹ ਆਏ ਨੇ ਕੁਧਰ ਆ ਗਏ ਸੋ ਹੈ ਰੱਖੋ ਨਾ ਜੀ ਸਮਾਨ ਸ਼ਾਨ ਲਾਓ ਨਾ ਫਰੂਟ ਰੁਣੇ ਆ ਨਾ ਅੱਛਾ ਉਧਰੋਂ ਫਰੂਟ ਰੁਣੇ ਆ ਨਾ ਅੱਛਾ ਉਧਰੋਂ ਕਿਆ ਮਤਲਬ ਸੱਟੀ ਆਇਓ ਫਰੂਟ ਕਹਿੰਦਾ ਕਿ ਮੈਂ ਹੁਣ ਘੋੜਿਆ ਨਾ ਵੀ ਰੋਜ਼ਾ ਖਿਲਾਈਏ ਉਹ ਫਰੂਟ ਸ਼ੂਟ ਕੁੱਤਰਨੇ ਪਏ ਨੇ ਜੀ ਉੱਥੇ ਸ਼ਿਆਮ ਕੀ ਵੀ ਤੁਰਨਾ ਚਾਹੀਦਾ ਸੀ ਆਵੇ ਹਾਂ ਸ਼ਿਆਮ ਕੀ ਆਨਾ ਚਾਹੀਦਾ ਸੀ ਹਮਲਾ ਸਾਹਿਬ ਵਾਹ ਜੀ ਵਾਹ ਕੀ ਬਾਤ ਹੈ ਮੂਸਾ ਰੋਜ਼ਾ ਖੋਲੀ ਆ ਖਾਓ ਨਾ ਖਾ 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 ਬੋੜੇ ਇਹਨਾਂ ਦਾ ਬੜਾ ਪੁਰਾਣਾ ਤੇ ਲੱਗੀ
ਹੈ ਤੇਰੇ ਡੇ ਤੂੰ ਸਾਰੀ ਕੁੱਤੀਆਂ ਵੀ ਨਹੀਂ ਫੇਰਨ ਵਾਲੀ ਚੌਕਾ ਚ ਬਗੈਰ ਪੁੱਛੇ ਆ ਓਏ ਕੁੱਤਾ ਕੋ ਨਹੀਂ ਕੁੱਤਾ ਆਣਾ ਪਕੌੜੇ ਕੋ ਨਹੀਂ ਆਂਦੇ ਥੋਪਾ ਹੈ ਓਕੇ ਆਇਓ ਦਾਵੀ ਬੜੀ ਚਮਚ ਬਣਾਈ ਆ ਜੰਗਲ ਚ ਆ ਕੋ ਜਾਣਾ ਆ ਗਲਾਸਾਂ ਨਾਲ ਪਾ ਲੈ ਦਾਵੀ ਆਹੋ ਵੈਸੀ ਹੈ ਵੀ ਹਾਂ ਤਾਂ ਕੋ ਜੀ ਮੇਰੇ ਨਾਲ ਕਿਆ ਕੰਮ ਕੀਤਾ ਘੋੜਾ ਸੇਬ ਖਾ ਰਿਹਾ ਸੀ ਤਾਂ ਮੇਰੇ ਮੁੰਡੇ ਪਰ ਸਟਣਾ ਪਿਆ ਸੀ ਨਾਲ ਨਾਲ ਚਾ ਖਾ 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 ਪੁੱਤਰ ਖਾ ਇਸਕੀ ਸੇਬਾਂ ਨੇ ਭਾਣੇ ਪਿੱਛਾ ਕਰਾਇਆ ਸੀ ਨਹੀਂ ਤਾਂ ਪੜ ਚੜੀ ਚੜੀ ਛੜੀ ਖੜੀ ਰਹੇ ਹਾਂ ਹੁਣ ਘੋੜੇ ਰੈਡੀ ਕਿਤੇ ਮਸੇ ਤੰਗ ਛੰਗ ਛਿਕੇ ਤਾਂ ਹੁਣ ਅਸਾਂ ਨਿਕਲਣ ਲੱਗੇ ਹਾਂ ਇਧਰੋਂ ਨੇਰਾ ਪਏ ਆ ਮੈਂ ਰੈਡੀ ਕਿਤਾ ਘੋੜਾ ਲਾਗਾ ਕੋ ਨਹੀਂ ਆਇਆ ਹਾਂ ਸਾਹਿਬ ਤੁਸਾਂ ਆਫਸੋ ਤਾਂ ਫਿਰ ਕੋਣ ਆਸੀ ਮੈਂ ਚੀਜ਼ਾਂ ਹਾਂ ਸਾਹਿਬ ਰੋਦਾ ਰੱਖਿਆ ਜੀ ਚੀਜ਼ਾਂ ਲੈਣ ਗਏ ਸਨ ਬੜੀ ਮਤ ਹੈ ਬੜੀ ਮਿਹਰਬਾਨੀ ਸਰ ਅਸੀਂ ਵਾਪਸੀ ਨਹੀਂ ਤਿਆੜੀ ਆ ਹੁਣ ਵਾਪਸ ਜਾ ਰਹੇ ਹਾਂ ਜੀ ਇਹ ਚੈੱਕ ਕਰੋ ਜੀ ਵਾਪਸ ਜਾ ਰਹੇ ਹਾਂ ਹੁਣ ਬਾਕੀ ਸਭ ਪਿੱਛੇ ਆ ਰਹੇ ਬੋਲਿਆ ਜੀ ਉੱਥੇ ਕੀ ਮੈਂ ਇੱਕ ਉੱਥੇ ਸਫਾਈ ਕਰਾਈ ਨਾ ਇਸ ਕੀ ਜਗ੍ਹਾ ਭਣੇ ਬੰਦਾ ਹੈ ਮਾੜੇ ਤੋਂ ਇਲਾਵਾ ਕੁਛ ਹੈ ਕਿ ਕੋਲ ਜਾਣ ਵੀ ਨਾ ਦੇਣਾ ਇਸ ਤਰ੍ਹਾਂ ਇਹ ਬੜਾ ਰੋਲ ਹੈ ਸਿਰਫ ਇਸ ਕੀ ਮੈਂ ਖੋਲੀ ਸਕਾਂ ਜਾਂ ਮੀ ਇਸਨੇ ਕੋਲ ਜਾਈ ਸਕਾਂ ਵਾਂ ਇਹ ਮਾੜੇ ਨਾਲ ਹੀ ਜਿਹੜਾ ਲਿਆ ਵਾ ਸਿਰਫ ਮੈਂ ਬੱਚਾ ਜਿਹਾ ਪਾਲੇ ਆ ਨਾ ਫਿਰ ਜਿਹੜਾ ਹੋਰ ਕਿਸੇ ਨਹੀਂ ਜਾਣਦੇ ਰਹੇ ਕੋਲ ਇਸ ਕੇ ਹੱਥ ਉਹਦਾ ਦਰਖਤਾਂ ਨਾਲ ਬੰਨੇ ਆ ਤੇਰੀ ਸੀ ਜੇ ਇਸਕੀ ਕੋ ਨਹੀਂ ਸਿੱਖ ਰਿਹਾ ਹੁਣ ਇਸਕੀ ਜਿਹੜਾ ਇਹਨਾਂ ਅੰਦਰ ਕਰਾਂ ਇਹ ਮੇਰਾ ਲਾਟ ਲੈ ਜੀ ਇਸ ਦਾ ਨਾਮ ਹੈ ਬਾਜ਼ ਮੱਝਾਂ ਨੇ ਜੀ ਬਹੁਤ ਕੱਟੀ ਹੈ ਮਾਸ਼ਾਅੱਲਾ ਲਾਜ਼ਮੀ ਆ ਰਹੇ ਜੀ ਪੈਸੇ ਇਹ ਕੀ ਹੈ ਜੀ ਓਏ ਇਹ ਕਾ ਕਰਨ ਲੱਗੇ ਉੱਥੇ ਵਿੱਚ ਹੋਰ ਸੌਖੇ ਤਾਂ ਨਹੀਂ ਨਾ ਪੂਰੇ ਹੋਣੇ ਇਸ ਦੀ ਆਪਣੇ ਖੜਗਲਾ ਪੁਰਸ਼ ਤਾਂ ਜਿਹੜੇ ਭਾਈ ਜੀ ਆਪੂ ਵੀ ਕਰਨਾ ਪੈਣਾ ਅਸੀਂ ਵੈਸੇ ਗੱਲ ਕੋਈ ਨਹੀਂ ਆ ਤਾਂ ਪੁੱਤਰ ਤੂੰ ਵੀ ਚੁੱਕੇ ਆ ਖੜਗਲਾ ਪੂਰੀ ਲੰਘ ਜਾਣ ਕੀ ਮੈਂ ਕਰਾਸਾ ਤੇਰੇ ਕੋਲ ਛੱਪੜ ਗੱਲ ਤੂੰ ਮਾਰ ਮੈਂ ਤਕਣਾ ਅੱਜ ਕੀ ਇਸ ਤਰ੍ਹਾਂ ਮਾਰ ਲੈਣਾ ਜੀ ਮੈਂ ਮਾਰਦਾ ਇਹ ਕਿਉਂ ਮਾਰੀ ਨਾ ਹੋਣਾ ਇਹ ਘੋੜੇ ਫਰੈਸ਼ ਹੋਈ ਜਾਣੇ ਇਸ ਨਾਲ ਇਹ ਸਮਝੋ ਘੋੜਿਆਂ ਦੀ ਮਾਲਿਸ਼ ਹੈ ਕੰਮ ਸ਼ਮ ਸਾਰਾ ਮੁਕਾਈ ਕਹਿੰਦਾ ਹੁਣ ਜਿਲਾ ਕੌਰ ਮੈਂ ਵੀ ਚਾਹੀ ਫਰੈਸ਼ ਹੋਇਆ ਹਾਲੇ ਤੱਕ ਮਾਰੀ ਬਾਲ ਹੀ ਬਾਲ ਲੱਗੇ ਘੋੜਿਆਂ ਨੇ ਖੜਕਲਾ ਪੁੱਛ ਕੀਤਾ ਨਾ ਜਿਹੜਾ ਉਸਨੇ ਚਲੋ ਜੀ ਹੁਣ ਚੱਲੀਏ ਕੰਮ ਤੇ ਚੱਲੀਏ ਚੰਡਾ ਮਾਰਨਾ ਸੀ ਗੁੱਡੇ ਡਾਣੇ ਆ ਕੋਈ ਸਲਾਈ ਵੀ ਸੀ ਅੱਜ ਥੱਲੇ ਬੰਦਿਆਂ ਲਿਖਿਆ ਉਹ ਖਿਆਮ ਡਰਪੋਗ ਇਸ ਕੀ ਕੁੱਟ ਪੈਣੀ ਪਈ ਆ ਸਹੀ ਕਰੀ ਗਿਆ ਇਸ ਲਿਖਿਆ ਥੱਲੇ ਸਕੂਲਾਂ ਚ ਵੀ ਸੈਦਰੀ ਪੈਣੀ ਆ ਅੱਛਾ ਪੁੱਤਰ ਪੈਸੇ ਕੁਛ ਕੀ ਚਾਹੀਦੇ ਨੇ ਪੈਸੇ ਕੀ ਨੇ ਭੁੱਖਾ ਵਾ ਭੁੱਖਾ ਸੀ ਮੈਂ ਭੁੱਖਾ ਵਾ ਟਮੀ ਇੱਕ ਇਹ ਵੀ ਕੁੱਤਾ ਰੱਖਿਆ ਜੀ ਖਿਆਮ ਹੋਣਾ ਘਰ ਟਮੀ ਜੀ ਸਾਹਿਬ ਅੱਜ ਬੜੇ ਬੂਟੇ ਛੁੱਟੇ ਲਵਾਏ ਨੇ ਹਲੋ ਬੜੀ ਗੱਲ ਹੈ ਕੌਣ ਸੇ ਖਜੂਰਾਂ ਨੇ ਖਜੂਰਾਂ ਨੇ ਨਹੀਂ ਫਿਰ ਕਿਹੜੇ ਨੇ ਇਹ ਫੈਂਸੀ ਹੋ ਸਨ ਪੁੱਤਰ ਉੱਚੇ ਉੱਚੇ ਸੇ ਉੱਚੇ ਵਾਹ ਨਾ ਪੋਜੇ ਕੁੱਤਾ ਜਿਨਵਾਰ ਨੇ ਫਿਰ ਐਡੀ ਸ਼ੈਡੀ ਹੋਇਆ ਜੀ ਘਰੋਂ ਬਾਹਰ ਆਇਆ ਤਾਂ ਕੋਈ ਮੈਂ ਆਖਿਆ ਜਿਹੜਾ ਇਹਨਾਂ ਚੁੱਕਣਾ ਜੀ ਮੀ ਇਹ ਵਸੀਮ ਹੈ ਬਿੱਲਾ ਬਹੁ ਹਾਂਜੀ ਸ਼ੇਖ ਜੀ ਤਾਂ ਹੁਣ ਜਾਈ ਰਿਹਾ ਜੀ ਮੀ ਇਹ ਡਰਾਪ ਕਰ ਸਕਾਂ ਭਾਅ ਜੀ ਪੈਟਰੋਲ ਸਟੇਸ਼ਨ ਪਰ ਤਾਂ ਉੱਧਰ ਹੀ ਜਾਏਗਾ ਫਿਰ ਕਰਨੀ ਆ ਵਲੌਗ ਨਹੀਂ ਆਂ ਡਿੰਗ ਭਾਅ ਜੀ ਮੈਂ ਵੀ ਆਈ ਗਿਆ ਕਮਾਂ ਪਰ ਸਾਰੇ ਬੰਦੇ ਮੇਕ ਸ਼ੋਅ ਕਰੇ ਆਪਣਾ ਖਿਆਲ ਰੱਖੇ ਵੀਡੀਓ ਕੀ ਲਾਈਕ ਕਰੇ ਵੀਡੀਓ ਕੀ ਇੱਧਰ ਕਰਨੇ ਆ ਐਂਡ ਅੱਲਾ ਸੋਹਣੇ ਨੇ ਵਾਲਾ ਜੀ